ਇੱਕ ਹੋਰ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਸ ਤਰ੍ਹਾਂ ਦੀਆਂ ਅਰਜ਼ੀਆਂ ਦਿੱਤੀਆਂ ਨੇ ਕਿ ਉਹਨਾਂ ਨੂੰ ਗੰਭੀਰ ਜਿਹੜੀਆਂ ਬਿਮਾਰੀਆਂ ਨੇ ਉਸ ਕਰਕੇ ਉਹਨਾਂ ਨੇ ਇਲੈਕਸ਼ਨਾਂ ਤੋਂ ਛੋਟ ਲੱਤੀ ਹੈ ਅਸੀਂ ਇਹ ਫੈਸਲਾ ਕੀਤਾ ਹੈ ਹਜ਼ਾਰ ਤੋਂ ਵੱਧ ਇਹੋ ਜਿਹੇ EMPLOYEES ਨੇ ਮੈਂ ਆਪਣੀ ਸਿਗਨੇਚਰਸ ਰੇਟ ਸਰਕਾਰ ਨੂੰ ਇਹ ਰਿਕਮੈਂਡੇਸ਼ਨ ਭੇਜ ਰਿਹਾ ਕਿ ਇੱਕ ਸਪੈਸ਼ਲ ਮੈਡੀਕਲ ਬੋਰਡ ਬਣਾ ਕੇ ਇਲੈਕਸ਼ਨਾਂ ਤੋਂ ਬਾਅਦ ਇਹਨਾਂ ਦੀ ਜਿਹੜੀ ਰਿਟਾਇਰਮੈਂਟ ਹੈ ਇਹਨਾਂ ਨੂੰ अर्ਲੀ ਦੇ ਦਿੱਤੀ ਜਾਵੇ ਤਾਂ ਕਿ ਘਰੇ ਬੈਠ ਕੇ ਆਰਾਮ ਨਾਲ ਆਪਣੀ ਸਿਹਤ ਦਾ ਧਿਆਨ ਰੱਖ ਸਕਣ ਇਹਦੇ ਨਾਲੋਂ ਨਾਲ ਕਈ ਲੇਡੀਜ਼ ਨੇ ਇਹ ਕਹਿ ਕੇ ਬਿਊਟੀ ਕਟਵਾਉਣ ਦੀ ਬੇਨਤੀ ਕੀਤੀ ਹੈ ਕਿ ਉਹ ਸੱਸ ਸਹੁਰੇ ਦੀ ਬਹੁਤ ਜ਼ਿਆਦਾ ਸੇਵਾ ਕਰਦੇ ਨੇ ਐਸੇ ਲੋਕਾਂ ਦੇ ਜਜ਼ਵੇ ਦੀ ਮੈਂ ਬੜੀ ਕਦਰ ਕਰਦਾ ਹਾਂ ਕਿ ਜਿਹੜੇ ਸੱਸ ਸਹੁਰੇ ਦੀ ਇੰਨੀ ਸੇਵਾ ਕਰਦੇ ਆ ਉਹਨਾਂ ਨੂੰ ਵੀ ਜੇ ਉਹ 50 ਸਾਲ ਦੀ ਉਮਰ ਕਰਾਸ ਕਰ ਗਏ ਜਾਂ ਜੇ ਉਹਨਾਂ ਦੀ ਰਿਟਾਇਰਮੈਂਟ ਹੋ ਸਕਦੀ ਹੈ ਉਹਨਾਂ ਦੀ ਰਿਟਾਇਰਮੈਂਟ ਦੇ ਲਈ ਵੀ ਅਸੀਂ ਜਿਹੜੀ ਰეკਮੈਂਡੇਸ਼ਨ ਸਰਕਾਰ ਨੂੰ ਭੇਜ ਰਹੇ ਹਾਂ